ਅਗਰ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੀ ਟੀਮ ਕੋਸੇ ਦੀ ਸ਼ਿਕਾਇਤ 'ਤੇ ਪਾਲਤੂ ਕੁੱਤੇ ਦੀ ਜ਼ਬਤ ਕਰਾ ਕਰਦੀ ਹੈ ਪਰ ਇਹ ਲੁਕੇ ਕੁੱਤੇ ਦੀ ਕਿਹਾਂ ਜ਼ਬਤ ਕਰਨਾ ਇਸ ਬਾਰੇ ਵੀ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਕੀ ਸੋਚਣਾ ਚਾਹੀਦਾ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਟੀਮਾਂ ਨੇ ਬੜੀਆਂ ਸਤਰ ਕੋਈਆਂ ਨੇ ਭਾਈ ਔਰ ਸ਼ਾਪੇ ਮਾਰੀ ਵੀ ਉਹਨੇ ਸ਼ੁਰੂ ਕਰੀ ਉੜੀ ਹੈ ਕੁੱਤੇ ਭਗੜਨੇ ਦੀ ਉਸਿਆ ਹਨ ਕੁੱਤੇ ਭਗੜਨੇ ਦੀ ਪਹਿਲਾਂ ਵੀ ਸੁਣਾਇਆ ਹਨ ਤੁਸੀਂ ਕੀ ਮਿਊਨਿਸਪੈਲਿਟੀ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਹੈ ਭਾਈ ਜਿੰਨੇ ਵੀ ਕੁੱਤੇ ਤੁਸੀਂ ਆਪਣੇ ਰੱਖੇ ਦੇ ਨੇ ਕੁੱਤੇ ਦੀ ਸ਼ਕੀਨ ਤੁਸੀਂ ਪਤਾ ਭਾਈ ਸਾਡੇ ਸ਼ਹਿਰਾਂ 'ਚ ਬੜੇ ਨੇ ਭਾਈ ਜਿੰਨੇ ਵੀ ਕੁੱਤੇ ਦੀ ਸ਼ਕੀਨ ਆਪਣੇ ਕੁੱਤੇ ਦਾ ਪੰਜੀਕਰਨ ਕਰਵਾਓ ਨਹੀਂ ਕਰਵਾਇਆ ਨਹੀਂ ਕਰਵਾਇਆ ਸੱਚ ਆ ਭਾਈ ਬਾਕੀ ਚ ਚਲੋ ਗੱਡੀਆਂ ਦਾ ਪੰਜੀਕਰਨ ਹੁੰਦਾ ਚਲਾਨੀ ਹੁੰਦੀ ਹੈ ਨਾ ਕੁੱਤੇ ਦਾ ਕੀ ਪੰਜੀਕਰਨ ਕਰਾਣਾ ਪਰ ਉਹ ਨਹੀਂ ਜਿਹਨੇ ਨਹੀਂ ਕਰਾਇਆ 3000 ਰੁਪਏ ਜੁਰਮਾਨਾ ਲੱਗਾ ਹੋਣੀ ਕੀ ਉਹ ਆਈਆਂ ਕਿ ਕੁੱਤਾ ਪੌਂਕੜਾ ਵੱਡਾ ਦਾ ਲੋਕੇਗੀ ਔਰ ਦੇਖੋ ਤੁਸੀਂ ਮੀਂਹ ਵੀ ਕਈ ਵਾਰੀ ਆਪਣੇ ਪੈਂਟ ਬਚਾਈਏ ਲੰਗੜੇ ਪੁੰਦਾ ਇੱਦਾਂ ਗੈਲੀਆਂ 'ਚ ਕੁੱਤੇ ਐ ਬੜੇ ਨੇ ਇੱਥੇ ਕੁੱਤਾ ਪੌਂਕੜਾ ਪੁੰਦਾ ਹ ਔਰ ਕੁੱਤਾ ਵੀ ਬੜਾ ਖਤਰਨਾਕ ਰੇਜੀ ਨਾ ਪਿੱਟਬੁੱਲ ਮੇਰੇ ਨਾਂ ਵੀ ਭਾਈ ਪਹਿਲੇ ਵਾਰੀ ਸੁਣਿਆ ਮੈਂ ਤੇ ਦੂਏ ਕੁੱਤੇ ਸੁਣਨੇ ਜਿਹੜੇ ਜੰਗਲੇ 'ਚ ਰਹੁੰਦੇ ਨੇ ਫਿਰਦੇ ਗਵਰਡੀ ਨਾ ਠਾਕਿਆ ਉਹਨਾ ਠਾਕਿਆ ਤੇ ਇਹ ਤੇ اخਲਾਕੀ ਅੱਖ ਬੰਦਾ ਭਾਈ ਚਲੋ ਬੰਦਾ ਠਾਕਦਾ ਆਪਣੇ ਕੁੱਤੇ ਦੀ ਸੰਭਾਲੋ ਵੱਢਨੇ ਪਉਂਦਾ ਟੀਕੇ ਲਵਾਣੇ ਪਉਂਦੇ ਤੁਸੀਂ ਪਤਾ ਪਹਿਲਾਂ ਜਮਾਨੇ ਟਿੱਡਾ ਪਰ ਲੱਗਦੇ ਓਣ ਚਲੋ ਭਾਈ ਟੀਕੇ ਜਿਹੜੇ ਲੱਗਦੇ ਨਾ ਥੋੜੇ ਲਵਾਣੇ ਪਉਂਦੇ ਨਹੀਂ ਮੰਨਿਆ ਅਗਲੇ ਨੇ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਜਾਣੀ ਸ਼ਿਕਾਇਤ ਕੀਤੀ ਟੀਮ ਜਿਹੜੀ ਪੁੱਜੀ ਗਈ ਮੌਕੇ ਪਰ ਕੀ ਕੇ ਸ਼ਿਕਾਇਤਾ ਪਰ ਫੌਰਨ ਸੰਗਿਆਨ ਲੈਂਦੀ ਆ ਕਾਰ ਪੁੱਜੀ ਗਈ ਜੁਰਮਾਨਾ ਠੋਕਿਆ 3000 ਰੁਪਿਆ ਕੁੱਤੇ ਵੀ ਆਪਣੇ ਪਗੜੀ ਲਿਆ 3000 ਰੁਪਏ ਜੁਰਮਾਨਾ ਪਰਨਾ ਪਿਆ ਔਰ ਕੀ ਪੰਜੀ ਕਰਨਾ ਹੈ ਨੀ ਆ ਇਸ ਵਾਰ ਤਾਂ ਹੁਣ ਚੌਕਸ ਹੋਈ ਜਾਓ ਕਿ ਕੁੱਤੇ ਅਗਰ ਤੁਸੀਂ ਰੱਖੇ ਦੇਣ ਤੇ ਅਗਰ ਪੌਂਕੀਏ ਕਿਸੇ ਕੀ ਵੱਡਣਾ ਪਾਉਂਦੇਣ ਤੇ ਜੁਰਮਾਨਾ ਲੱਗਣਾ ਔਰ ਟੀਮ ਜਿਹੜੀ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੀ ਆਹੀਂ ਸੂਤਰੇ ਦੱਸਿਆ ਹੈ ਕਿ ਉਹਨੇ ਹੁਣ ਸ਼ੁਰੂ ਕਰਨਾ ਹੈ ਲੋਕਾਂ ਦੇ ਕੁੱਤੀਂ ਕੀ ਵੀ ਹੁਣ ਉਹਨੇ ਚੈੱਕ ਕਰਨਾ ਹੈ ਕਿ ਜਿਨੇ ਪੰਜੀ ਕਰਨ ਨਹੀਂ ਕਰਵਾਇਦਾ ਹੋਗ ਜੁਰਮਾਨਾ ਜਿਹੜਾ ਹੈ 5000 ਰੁਪਏ ਤੱਕ ਲੱਗੀ ਸਕਦਾ ਹੈ ਹੁਣ 5000 ਰੁਪਏ ਅਪਰਨਾ ਜਾਂ ਇੰਗੇ ਸਿੱਧੇ ਪਦਰੇ ਪਈ ਆਪਣੇ ਜਾਓ ਤੇ ਕੁੱਤੇ ਦਾ ਪੰਜੀਕਰਨ ਕਰਵਾਇ ਲਓ ਕਰਵਾਣਾ ਵੀ ਚਾਹੀਦਾ ਅਗਰ ਆਖਾ ਦੀ ਜੰਮੂ ਮ्युनਿਸਪਲ ਕਾਰਪੋਰੇਸ਼ਨ ਕੀ ਕੇ ਸਮਾਰਟ ਸਿਟੀ ਬਣਾਦੀ ਹੈ ਨਵੇਂ ਨਵੇਂ ਕਾਨੂੰਨ ਤੇ ਫਿਰ ਲਾਗੂ ਹੋਣੇ ਜੇ ਛੜਕਾਂ ਸ਼ੈਲ ਲੈਣੀਆਂ ਤੂੰ ਸੇ ਹੁਣ ਗਰਮੀਆਂ ਹਵਾ ਕਰਦੀਆਂ ਨੇ ਪਾਣੀ ਤੂੰ ਦੀ ਮਤਾ ਚਾਹੀਦਾ ਪਤਾ ਨਹੀਂ ਥੋਣਾ ਚਾਹੀ ਨਹੀਂ ਥੋਣਾ ਉਹਦੇ ਬਾਅਦ ਹੀ ਗੱਲ ਹੈ ਪਈ ਥੋਣਾ ਤੇ ਹੈਗਾ ਪਰ ਗੱਲ ਇੱਕ ਹੋਰ ਹੈ ਚਲੋ ਜੀਣੇ ਦੇ ਕੁੱਤੇ ਰੱਖਦੇ ਨੇ ਉਹਨਾਂ ਦਾ ਤੇ ਪੰਜੀਕਰਨ ਹੋਈ ਆਗ ਪਰ ਸੈਂਕੜਾ ਕੁੱਤੇ ਜਿਹੜੇ ਗਲੀਆਂ ਚ ਫੇਰਾ ਕਰਦੇ ਨੇ ਦਿਨੇ ਵੀ ਕਈ ਵਾਰੀ ਪਹੁੰਗਦੇ ਤੁਸੀਂ ਕਿ ਬਜ਼ਾਰੇ ਚ ਲਪੀ ਆਂਗਣ ਉਹਨੇ ਉਹਦੇ ਕੋਲ ਅਖੀਂ ਬਜਾ ਕਰਨਾ ਤੇ ਹੁੰਦਾ ਜੁਰਮਾਨਾ ਕੁੱਣਾ ਭਰਨਾ ਮਿਊਨਿਸਪਲ ਕਾਰਪੋਰੇਸ਼ਨ ਕੀ ਚਾਹੀਦਾ ਹੈ ਭਈ ਉਹਦਾ ਵੀ ਬੰਦੋਬਸਤ ਕਰੋ ਉਹ ਵੀ ਲੋਕ ਨੇ ਕੀ ਲੋਕੇ ਕੀ ਵੱਢਣਾ ਪਉਂਦੇ ਔਰ ਖਾਸ ਤੌਰ ਪਰ ਰਾਤੀ ਵੇਲੇ ਜਿਸ ਵੇਲੇ ਕੋਈ ਸਕੂਟਰ ਮੋਟਰਸਾਈਕਲ ਸਕੂਟੀ ਵਾਲਾ ਜਾਦਾ ਹੋਵੇ ਉਸੇ ਦਿਖੀ ਆ ਮਾਰੇ ਭਈ ਐਸੇ ਬਿੜਦੇ ਨੇ ਘਰਾ ਟੱਕਰ ਜਿੰਦੇ ਨੇ ਉਹਦਾ ਮਗਰ ਦੌੜਦੇ ਔਰ ਗਰਾਹਾਂ 'ਚ ਜਿਹੜੇ ਕੁੱਤੇ ਇਨਿਆਵਾ ਕਰਦੇ ਨੇ ਉਹ ਵੀ ਲੋਕ ਵੀ ਸ਼ੱਕ ਦੀ ਨਜ਼ਰੀਂ ਕਰਨੇ ਦੇਖਾ ਕਰਦੇ ਨੇ ਭਾਈ ਜਿਹੜੇ ਗਰਾਹਾਂ 'ਚ ਨੇ ਕੁੱਤੇ ਇਕੱਠੇ ਹੋਇਆ ਕਰਦੇ ਨਾ ਉਹ ਆਵਾ ਕੁੱਥੋਂ ਕਰਾ ਕਰਦੇ ਨੇ ਇਹ ਵੀ ਸੋਚਣ ਵਾਲੀ ਗੱਲ ਹੈ ਅਗਰ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੀ ਟੀਮ ਕੋਸੇ ਦੀ ਸ਼ਿਕਾਇਤਾਂ ਉੱਪਰ ਪਾਲਤੂ ਕੁੱਤੇ ਕੀ ਜਬਤ ਕਰਾ ਕਰਦੀ ਹੈ ਪਰ ਇਹ ਲੁਕੇ ਕੁੱਤੇ ਕੀ ਜਬਤ ਕਰਨਾ ਇਸ ਬਾਰੇ ਵੀ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਗੀ ਸੋਚਣਾ ਚਾਹੀਦਾ ਕੁੱਤੇ ਦਾ ਤੁਸ ਪੰਜੀਕਰਨ ਚਲੋ ਤੁੰਦੀ ਸੁਭਿਦਾ ਸੁਭਦਾ ਤਾਈ ਮੈਂ ਤੁਹੇ ਇੱਕ ਵੈਬਸਾਈਟ ਵੀ ਦੱਸੀ ਦਿਨਾ ਤੇ ਕਰਨਾ ਮੋਬਾਈਲ ਨੰਬਰ ਵੀ ਲਿਖਾਈ ਨਾ ਤਾਂ ਕਿ ਜਿਹੜਾ ਭਾਰੀ ਜੁਰਮਾਨੇ ਕੋਲ ਬਚਣਾ ਤੇ ਚਲੋ ਜ਼ਰੂਰੀ ਵੀ ਹੈ ਇੱਕ ਤੇ ਵੈਬਸਾਈਟ ਤੁਸ ਨੋਟ ਕਰੋ jan_sogam.jk.gov.in ਇਹ ਹੈ ਵੈਬਸਾਈਟ ਤੇ ਮੋਬਾਈਲ ਨੰਬਰ ਨਾ 8716946717 ਦੂਆ ਨੰਬਰ ਵੀ ਨੋਟ ਕਰੋ 98 58022175 ਇਹਨੇ ਫੋਨ ਨੰਬਰੇ ਉੱਪਰ ਵੀ ਤੁਸੀਂ ਆਪਣੇ ਕੁੱਤੇ ਦਾ ਜਿਹੜਾ ਪੰਜੀਕਰਨ ਹੈ ਉਹ ਕਰਵਾਈ ਸਕਦੇ ਹੋ ਪਰ ਕਿਸੇ ਨੇ ਸ਼ਿਕਾਇਤ ਕਰਨੀ ਹੋਇਆ ਉਹ ਵੀ ਇਹਦਾ ਪਰ ਕਰੀ ਸਕਦਾ